शहीद कुलदीप सिंह जो कि बीते दिन फगाड़ा च बदमाशा नाल लोहा लेंदियां शहीदी का जाम पी गया सी। उस शहीद के परिवार नाल दुख सांझा करन दे लई मुख्यमंत्री भगवंत मान अज गुरदासपुर उसके जद्दी पिंड शाहपुर अमरगढ़ उन्हां दे घर पुजे। उन्हां इत्थे शहीद के नां ते पिंड च खेड स्टेडियम बनाउण दा ऐलान कीता। इस तों इलावा उन्हां कहा कि शाहपुर अमरगढ़ तों वडाला बांगर तक सड़क दा नां शहीद कुलदीप सिंह मार्ग रख्या जाएगा। इस मौके ते शहीद कुलदीप सिंह दी माता ते एक रिश्तेदार ने कैमरे सामने की कुछ कहा, सुनो। मेरा बच्चा ड्यूटी ते गया है, तैयार हो के मैं बड़े मान नाल तोरे अपने बच्चे नूं, मैं अपने बच्चे नूं लाडां नाल तोरे आया, मैं वर्दियां प्रेस करके तोरे, मेरा बच्चा घर नहीं आया। मेरा बच्चा सीएम साहब की कह के दसो मां जी, तुहाडे नाल मेरा बच्चा नहीं आउणा, मेरा बच्चा नहीं आउणा, मेरा बच्चा। मैं की कुछ नहीं कहना चाहती, मेरा बच्चा नहीं रहा तो मैं की कहना, मैं की कहना, मेरा बच्चा नहीं रहा तो मैं की कहना, मैं कुछ नहीं रहना। मेरे पुत्र ते पूरा मेनू माण है, मेरे बच्चे ते पूरा माण है मेनू। आए बड़े बहादुर काम किते मेरे बच्चे ने, बड़े बहादुर काम किते मेरे बच्चे ने। आए मेरा बच्चा कहते सख दुख दे साथ पहुंचता सी, मेरा बच्चा कहते भी दुख हुंदा सी, पूरा दुख मंडाउंदा सी, मेरा बच्चा दुख मंडाउंदा सी सारिआं दे, ਸਾਰਿਆਂ ਦੇ ਦੁੱਖ ਬਣਾਉਂਦਾ ਸੀ। ਨਹੀਂ ਨਹੀਂ ਮੈਂ ਨਹੀਂ ਅਜੇ ਪੁੱਤ ਮੰਗਿਆ, ਅਜੇ ਮੈਂ ਮੰਗਣੀਆਂ ਦੀਆਂ ਤਿਆਰੀਆਂ ਕਰਦੀ ਸੀ, ਅਜੇ ਮੈਂ ਤਿਆਰੀਆਂ ਕਰਦੀ ਸੀ ਆਪਣੇ ਪੁੱਤ ਨੂੰ ਵੀ ਆਉਂਦੀਆਂ। ਹਾਂਜੀ ਸੀਐਮ ਸਾਹਿਬ ਨੇ ਸਾਨੂੰ ਬੜੇ ਮਾਣ ਨਾਲ ਕਿਹਾ ਹੈ ਕਿ ਮੈਂ ਪੂਰਾ ਇਨਸਾਫ਼ ਦਊਂਗਾ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਸਾਡੀ ਮੰਗ ਹੀ ਇਹ ਸੀ, ਹੋਰ ਸਾਡੀ ਕੋਈ ਮੰਗ ਨਹੀਂ ਸੀ ਕਿ ਸਾਡੇ ਪੁੱਤ ਨੂੰ ਸਾਡੇ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ, ਜੋ ਸੱਚਾਈ ਉਹ ਸਾਹਮਣੇ ਆਉਣੀ ਚਾਹੀਦੀ ਹੈ। ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਜੀ, ਉਹਨਾਂ ਨੇ ਆਪਣੀਆਂ ਟੀਮਾਂ ਨੂੰ ਆਲਰੇਡੀ ਕਹਿੰਦੇ ਮੈਂ ਲਗਾਇਆ ਹੋਇਆ ਇਸ ਚੀਜ਼ ਨੂੰ ਲੈ ਕੇ, ਬਾਕੀ ਸਾਡੀ ਹੋਰ ਕੋਈ ਮੰਗ ਨਹੀਂ ਸੀ, ਬਾਕੀ ਸਾਡੇ ਨਾਲ ਐਜ਼ ਆ ਫੈਮਿਲੀ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ ਸੀ। ਕੀ ਕੁਛ ਅਨਾਊਂਸ ਕਰਕੇ ਗਏ ਜੀ? ਉਹ ਸਾਡੇ ਪੁੱਤ ਲਈ ਇੱਕ ਸਟੇਡੀਅਮ ਅਨਾਊਂਸ ਕਰਕੇ ਗਏ ਨੇ ਜੀ, ਇੱਕ ਉਹਨਾਂ ਦਾ ਸਟੈਚੂ ਕਰਕੇ ਗਏ ਨੇ ਉਹਨਾਂ ਦੇ ਨਾਮ 'ਤੇ, ਔਰ ਇੱਕ ਸੜਕ ਜਿਹੜਾ ਇਹਨਾਂ ਦੇ ਵਡਾਲਾ ਬਾਂਗਰ ਤੋਂ ਪਿੰਡ ਤੱਕ ਸੜਕ ਹੁੰਦੀ ਹੈ ਜੀ 18 ਫੁੱਟ, ਉਹਨੂੰ 33 ਫੁੱਟ ਕਰਕੇ ਗਏ ਨੇ, ਉਹ ਵੀ ਉਸਦੇ ਨਾਮ 'ਤੇ ਆ, ਔਰ 2 ਕਰੋੜ ਰੁਪਈਆ ਸਾਨੂੰ ਮਾਲੀ ਸਹਾਇਤਾ ਦਿੱਤੀ ਹੈ ਜੀ ਸਰਕਾਰ ਵੱਲੋਂ। ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਪਰਮਿੰਦਰ, ਜੇ ਆਪਾਂ ਗੱਲ ਕਰੀਏ ਤਾਂ ਇੰਸਟਾ ਸਟਾਰ ਪਰਿਵਾਰ ਦਾ ਪੁੱਤ, ਇਕੱਲਾ ਇਕਲੌਤਾ ਪੁੱਤ, ਸ਼ਾਇਦ ਕਈ ਪਰਿਵਾਰਾਂ ਦਾ ਆਸਰਾ ਹੀ ਸੀ। ਬਿਲਕੁਲ ਜੀ, ਘਾਟਾ ਤਾਂ ਕਦੇ ਨਹੀਂ ਹੋ ਸਕਦਾ, ਪੈਸੇ ਜਾਂ ਨੌਕਰੀਆਂ ਜਾਂ ਕੁਛ ਇੱਦਾਂ ਦੀਆਂ ਇਹਨਾਂ ਕੰਧਾਂ ਨੇ ਤਾਂ ਨਹੀਂ, ਕੀ ਕਰਨਾ ਸੀ ਇਹਨਾਂ ਚੀਜ਼ਾਂ ਨੂੰ, ਅਸੀਂ ਆਪਣਾ ਪੁੱਤ, ਸਾਡਾ ਘਰ, ਸਾਡਾ ਸਾਰਾ ਪਰਿਵਾਰ ਉਜੜ ਗਿਆ ਜੀ, ਔਰ ਉਹ ਬਹੁਤ ਜ਼ਿਆਦਾ ਖੁਦ ਹੀ ਆਪਣੇ ਆਪ 'ਚ ਇੱਕ ਸੁਪਰ ਸਟਾਰ ਸੀ ਜੀ, ਉਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ, ਉਹ ਖੁਦ ਗਰੀਬਾਂ ਦਾ ਮਸੀਹਾ ਸੀ, ਉਹਦੇ ਨਾਲ ਉਹਦੇ ਇੱਥੇ ਫਰੈਂਡਸ ਨੇ ਜਿਹੜੇ ਉਹਦੇ ਨਾਲ ਚੱਲਦੇ ਸੀ, ਔਰ ਉਹਦੇ ਮਤਲਬ ਕਹਿੰਦਾ ਰੋਟੀ ਉਹਨਾਂ ਦੇ ਨਾਲ ਚੱਲਦੀ ਸੀ, ਔਰ ਖੁਦ ਹੀ ਉਹਦੇ 2 ਲੱਖ ਫੋਲੋਅਰ ਸੀ ਉਹਦੇ ਇੰਸਟਾ 'ਤੇ। ਹਾਂਜੀ, 2 ਪਰਿਵਾਰ ਦੇ ਜੀਆਂ ਨੂੰ, ਇੱਕ ਸਿਸਟਰ ਨੂੰ ਸਾਡੀ ਨੂੰ, ਔਰ ਇੱਕ ਉਸਦੇ ਹਸਬੈਂਡ ਨੂੰ ਜੋਬ ਅਨਾਊਂਸ ਕਰਕੇ ਗਏ ਨੇ ਜੀ। ਸੰਤੁਸ਼ਟ ਜੀ, ਕੀ ਕਰ ਸਕਦੇ ਹਾਂ ਜੀ ਅਸੀਂ, ਸਾਨੂੰ ਤਾਂ ਇਨਸਾਫ਼ ਚਾਹੀਦਾ ਜੀ, ਜੋ ਸੱਚਾਈ ਉਹ ਸਾਹਮਣੇ ਆਵੇ। ਕੁਲਦੀਪ ਸਿੰਘ ਜਿਹੜੇ ਕਿ ਕੁਛ ਲੁਟੇਰੇ ਜਿਹੜੇ ਕਿ ਕਾਰ ਖੋ ਕੇ ਭੱਜ ਰਹੇ ਸੀਗੇ, ਉਹਨਾਂ ਦਾ ਪਿੱਛਾ ਕਰਦੇ ਸੀ ਅਤੇ ਕ੍ਰੋਸ ਫਾਇਰਿੰਗ ਦੇ ਵਿੱਚ ਉਹਨਾਂ ਨੇ ਸ਼ਹੀਦੀ ਪਾਈ। ਪੰਜਾਬ ਪੁਲਿਸ ਦੇ ਬਹੁਤ ਬਹਾਦਰ ਔਰ ਦ੍ਰਿੜ ਇਰਾਦੇ ਵਾਲੇ ਕੁਲਦੀਪ ਸਿੰਘ ਜੀ ਸੀ, ਔਰ ਪਰਿਵਾਰ ਨੇ ਵੀ ਦੱਸਿਆ ਕਿ ਸੇਵਾ ਭਾਵਨਾ ਬਹੁਤ ਸੀ, ਕਈ ਪਰਿਵਾਰਾਂ ਦੀ ਰੋਟੀ ਉਹਨਾਂ ਦੇ ਸਿਰ ਤੋਂ ਚੱਲਦੀ ਸੀ। ਸੋ ਅੱਜ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। ਸ਼ਹੀਦ ਜਿਹੜੇ ਹੁੰਦੇ ਨੇ ਇੱਕੋ ਪਰਿਵਾਰ ਦੇ ਨਹੀਂ ਹੁੰਦੇ, ਉਹ ਸਾਰੇ ਪੰਜਾਬ ਦੇ ਹੁੰਦੇ ਨੇ, ਡਿਊਟੀ ਦੌਰਾਨ ਉਹਨਾਂ ਦੀ ਸ਼ਹੀਦੀ ਹੋਈ ਹੈ। ਸੋ ਪੰਜਾਬ ਸਰਕਾਰ ਵੱਲੋਂ ਜੋ ਅਨਾਊਂਸਮੈਂਟ ਕੀਤੀ ਗਈ ਸੀ, ਦਿੱਲੀ ਸਰਕਾਰ ਦੇ ਵਿੱਚ ਵੀ ਅਸੀਂ ਇੱਦਾਂ ਕਰਦੇ ਹਾਂ, ਪੰਜਾਬ 'ਚ ਵੀ ਕਰਦੇ ਹਾਂ, ਕਿ ਡਿਊਟੀ ਦੌਰਾਨ ਕੋਈ ਪੁਲਿਸ ਜਵਾਨ ਜਾਂ ਫਿਰ ਕੋਈ ਫੌਜੀ ਜਵਾਨ ਕਿਤੇ ਵੀ ਦੇਸ਼ ਦੀ ਸਰਹੱਦ 'ਤੇ ਡਿਊਟੀ ਦੌਰਾਨ, ਅਗਰ ਵੈਸੇ ਤਾਂ ਅਸੀਂ ਕੌਣ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿਹਾ ਜਾ
वक्त ना आवे पर जो ड्यूटी दौरान कोई शहीद ही होंगी तो 1 करोड़ रुपया सरकार वालों असी पंजाब सरकार वालों अच्छ मैं 1 करोड़ रुपए का चैक तो पंजाब पुलिस की इंश्योरेंस पॉलिसी जी HDFC बैंक के नाल 1 करोड़ रुपया उस बैंक वालों सो 2 करोड़ रुपये की आर्थिक सहायता दे के आया। कुलदीप होर की जान की कीमत कोई नहीं पर यह है कि परिवार थोड़ा जहा आर्थिक तौर पर कोई दिक्कत ना हो तो कुलदीप सिंह शहीद कुलदीप सिंह के नाँ पर बहुत वधिया स्टेडियम इस पिंड बनाने का फैसला किया तो वो ट्रैक भी बनावे ताकि आले दुआले पिंड के मुंडे फौज या पुलिस भर्ती होने वास्ते उन्होंने सड़कों पर ज कच्चे पहियां पर ना भजना पवे वो इतने प्रैक्टिस कर सकन और इलाका जिहड़ा सारा इलाका है ये साबका फौजियों का या पुलिस के जवानों का इलाका है। शहीद कुलदीप सिंह के दादा जी भी जिहड़े सी रिटायर फौजी ने सो एक देशभक्त परिवार है असी वापस तो नहीं लिया सकते ना ही घाट पूरी कर सकते पर इन्ना क सरकार उन्होंने हर मुश्किल मौके नाल खड़ूगी और DC साहब न ऑर्डर कर दिए गए हैं आ जी सड़क है इनू भी जी इतों आँदी है 1.25 किलोमीटर सड़क है कस्बे तो आँदी है जी भी शहीद कुलदीप सिंह मार्ग के नाते असं रखा। हकीकत टीवी पंजाबी लई गुरदासपुर तो अवतार सिंह की रिपोर्ट।